ਸਾਡੇ ਸਾਥੀ ਸਾਰੇ ਪੜ੍ਹਾਏ ਵੀ ਔਰ ਜਿੰਨੇ ਵੀ ਲੋਕਾਂ ਨੇ ਸਪੋਰਟ ਕੀਤੀ ਬੜੇ ਬੜਾ ਸ਼ੁਕਰੀਆ ਸਾਰੇ ਲੋਕਾਂ ਦਾ ਔਰ ਜਨਤਾ ਦੀ ਵੀ ਚੰਗਾ ਭਲਾ ਪਤਾ ਕਿ ਯਾਰ ਸਾਡੇ ਗੱਲਾਂ ਉਹ ਵਾਦਾ ਕੀ ਹੈ ਲੇਕਿਨ ਕੋਈ ਵੀ ਅੱਗਾਂ ਲਈ ਤਿਆਰ ਨਹੀਂ ਹੈ ਕਿਉਂਕਿ ਇੱਕ ਡਰ ਬਣਾਇਆ ਇਹਨੇ ਐਡਮਿਨਿਸਟ੍ਰੇਸ਼ਨ ਦਾ ਕਿ ਜਿਹੜਾ ਤੁਹਾਡੇ ਖਿਲਾਫ਼ ਬੋਲੇਗਾ ਉਹਨੇ ਚੁੱਕੇ ਅੰਦਰ ਬਣਨਾ ਕਿੰਨੇ ਚਿਰ ਡਰਨਾ ਯਾਰ ਜੇਕਰ ਅਸੀਂ ਯੂਥ ਵੀ ਨਹੀਂ ਉੱਠੀਏ ਬੋਲਿਆ ਆਖਿਰਕਾਰ ਕੌਣ ਬੋਲੋ ਕਿਆ ਉਹ ਜਿਹੜੇ ਸਾਡੇ ਬਜ਼ੁਰਗ ਨਾ ਉਹ ਉੱਠੀਏ ਸਾਡੀ ਅੱਖ ਦੀ ਲੜਾਈ ਲੜਨ ਕੁਨ ਲੜਨੀ ਸਾਡੀ ਅੱਖ ਦੀ ਲੜਾਈ ਉਹ ਆਹ ਯੂਥ ਦੀ ਲੜਾਈ ਆਹ ਆਪੇ ਲੜਨੀ ਪਾਉਣੀ ਭਗਤ ਸਿੰਘ ਹੋਰ ਆਖਦੇ ਨਹੀਂ ਜੀ ਮੈਂ ਨਹੀਂ ਲੜਨੀ ਮੇਰੇ ਪਾਪਾ ਹੋਰ ਲੜਾਈ ਲੜਦਾ ਫਿਰ ਕਿੰਨੇ ਦੇਸ਼ ਦੀ ਆਜ਼ਾਦੀ ਲੱਭਣੀ ਭਗਤ ਸਿੰਘ ਹੋਰ ਨੇ ਜਿਗਰਾ ਕੀਤਾ ਆਪਣੀ ਕੁਰਬਾਨੀ ਦਿੱਤੀ ਅੱਜ ਦੇਰ ਚ ਉਹਨੇ ਆਹ ਸਲਿਊਟ ਵੀ ਕਰਨੇ ਆ ਔਰ ਸਵੇਰਾ ਉੱਠੀਆਂ ਦਾ ਨਾਂ ਵੀ ਲੈਣੇ ਕਿਆ ਹੁਣ ਆਖਦਾ ਆਖਦੇ ਨਹੀਂ ਜੀ ਮੇਰੀ ਨੌਕਰੀ ਹੈ ਮੇਰੇ ਡੈਡੀ ਹੋਰ ਆਗੇ ਆਣੀ ਪ੍ਰਕਾਸ਼ ਕਰ ਗਏ ਕਿੰਨੇ ਚੱਲੇ ਕੰਮ ਕੋਈ ਟਾਈਮ ਹੁੰਦਾ ਸਰਕਾਰਾਂ ਆ ਗਈਆਂ ਰੋਟੀ ਕੱਪੜਾ ਮਕਾਨ ਅੱਜ ਕੱਲ੍ਹ ਇਹ ਸਿਸਟਮ ਆ ਰਿਹਾ ਹਿੰਦੂ ਮੁਸਲਮਾਨ ਪਾਕਿਸਤਾਨ ਕੀ ਕਰੀਏ ਕਿੰਨੇ ਕੰਮ ਕਿਉਂਕਿ ਸਾਡੇ ਮੁਸਲਮਾਨ ਭਰਾ ਆ ਗਏ ਨੇ ਸਾਰੇ ਜਿੰਨੇ ਸਾਰੇ ਸਾਡੇ ਭਰਾ ਗਏ ਅਸੀਂ ਇੱਕ ਕੀਤਾ ਤਾਂ ਨਹੀਂ ਇਹ ਗੌਰਮੈਂਟ ਚਾਹੀਏ ਇਹਨੇ ਇੱਕ ਨਹੀਂ ਕਰ ਸਕਦੀ ਅਸੀਂ ਇੱਕ ਹਾਂ ਲੇਕਿਨ ਇਹਦੀ ਨਜ਼ਰੀਏ ਚ ਕੌਣ ਆ ਇਹਨੇ ਅਲੱਗ ਕਰੋ ਇਹਨੇ ਅਲੱਗ ਕਰੋ ਇਹਦੇ ਵੋਟ ਇਹਦੇ ਲੀਡਰ ਲੈ ਲਓ ਲਾਸਟ ਮੌਕਾ ਪਾਰਟੀ ਸਾਰੀ ਬਣਨੀ ਚਾਹੀਦੀ ਬੀ ਐਸ ਐਫ ਸੀ ਐਸ ਐਫ ਦੀ ਨੌਕਰੀ ਜਿਹੜੀ ਡਾਕਟਰ ਜਤਿੰਦਰ ਸਰ ਨੇ ਸਾਡੇ ਨਾਲ ਵਾਅਦਾ ਕੀਤਾ 2000 ਵੈਕੈਂਸੀ ਦਾ ਡੀਡੀਸੀ ਇਲੈਕਸ਼ਨ ਦੇ ਦੌਰਾਨ ਉਹ ਆਪਣੀ ਡੀਡੀਸੀ ਇਲੈਕਸ਼ਨ ਜਿੱਤੀ ਹੈ ਉਹ ਉੱਥੇ ਬੈਠੀ ਹੈ ਮਤਲਬ ਹੁਣ ਇੱਕ ਤੁੰਦਰਾ ਕੰਟਰੈਕਟ ਹੋਇਆ ਹੁੰਦਾ ਸੈਂਟਰ ਗੌਰਮੈਂਟ ਦਾ ਇੱਕ ਕੰਟਰੈਕਟ ਹੋਇਆ ਕਿ ਤੁੰਦੀ ਆਹ ਗਰਾਊਂਡ ਵਰਕ ਦੇਖਣਾ ਕਿ ਜੇ ਤੁਹਾਡੀ ਡੀਡੀਸੀ ਇਲੈਕਸ਼ਨ ਸਾਰੀ ਸੀਟਾਂ ਜਿੱਤੀਏ ਤਾਂ ਅਸੀਂ ਮੰਗੇ ਕਿ ਜੰਮੂ ਚ ਤੁੰਦਾ ਦਬਦਬਾ ਚੰਗਾ ਔਰ ਇਹਨੇ ਸਾਡੇ ਕਿੰਨਾ ਵਾਅਦਾ ਕੀਤਾ ਪੀ ਐਚ ਏ ਨੇ ਵਾਅਦਾ ਕੀਤਾ ਕਿ 2000 ਵੈਕੈਂਸੀ ਤੁਸੀਂ ਬੱਚੇ ਦੀ ਔਰ 60,000 ਨੌਕਰੀ ਤੁਸੀਂ ਪੱਕੇ ਕੀਤੇ ਜਾ ਡੇਲੀ ਵੇਜਰਾਂ ਦੇ ਸਾਰੇ ਕਿੰਨਾ ਵਾਅਦਾ ਕਰੀਏ ਕਿ ਤੁਸੀਂ ਅਸੀਂ ਗਰਾਊਂਡ ਵਿੱਚ ਸਪੋਰਟ ਕਰੋ ਮੋਟਰਸਾਈਕਲ ਤੇਲ ਵੀ ਫੂਕੇ ਸਭ ਕੁਝ ਕੀਤਾ ਇਹਦੇ ਲੇਕਿਨ ਲਾਸਟ ਮੌਕਾ ਨਹੀਂ ਆਪਣੇ ਨੇ ਆਪਣੇ ਇੱਥੇ ਇੰਨੇ ਘਾਏ ਲਿਆ ਸ਼ਾਬਾਸ਼ ਜੀ ਡਾਕਟਰ ਜਤਿੰਦਰ ਸਰ ਬਹੁਤ ਬਹੁਤ ਸ਼ਾਬਾਸ਼ ਤੁਸੀਂ ਸਾਡੇ ਨਾਂ ਰੋਸ਼ਨ ਕੀਤਾ ਬੀਜੇਪੀ ਦਾ ਲੇਕਿਨ ਇਹਨੇ ਡਾਕਟਰ ਜਤਿੰਦਰ ਸਾਡੇ ਪਰ ਇਹਨੇ ਕੀਤਾ ਆਖਾ ਪੁੱਤਰੋ ਘਰ ਜਾਓ ਹੁਣ ਅੰਨੀ ਮਾੜੇ ਕੋਲ ਖਾਕੇ ਯਾਰ ਇਹ ਕੋਈ ਗੱਲ ਥੋੜ੍ਹੀ ਹੁੰਦੀ ਹੈ ਉਹ ਕੋਈ ਸਰਪੰਚਾਂ ਨੇ ਥੋੜ੍ਹੀ ਸਾਡੇ ਨਾਲ ਵਾਅਦਾ ਕੀਤਾ ਵਾ ਐਮ ਓ ਐਸ ਓ ਪੀ ਐਮ ਓ ਆਫਿਸ ਅੰਦਰ ਬੈਠੇ ਹੋ ਤੁਸੀਂ ਲੈਫਟ ਰਾਈਟ ਹੈਂਡ ਹੋ ਬੈਠੇ ਹੋ ਇੰਨਾ ਰਾ ਕੰਮ ਨਹੀਂ ਕਰ ਸਕਦੇ ਤੁਸੀਂ ਆਪਣੇ ਯੂਥ ਦਾ ਤਾਂ ਫਿਰ ਯੂਥ ਨਾਲ ਗਾਲੀਆਂ ਕੱਢਣੀਆਂ ਉਹ ਜੁਲਮ ਮਾਣ ਕਰੋ ਜਿੱਥਾ ਮਾਣ ਕਰੋ ਜਿੱਥਾ ਲੱਭ ਗਿਓ ਐਂ ਉੱਥਾ ਕੱਢਣੀਆਂ ਦਾਰਾ